प्यारे विद्यार्थियों जिस तरह डिपार्टमेंट ऑफ स्कूल एजुकेशन समय-समय ते ਤੁਹਾਡੀ ਸਟੱਡੀ ਦੇ ਨਾਲ-ਨਾਲ ਰੈਗੂਲਰ ਸਟੱਡੀ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਕੋ-ਕੁਰੀਕੂਲਰ ਐਕਟੀਵਿਟੀਆਂ ਕਰਵਾਉਂਦਾ ਰਹਿੰਦਾ ਹੈ ਉਸੇ ਪ੍ਰਕਾਰ ਹੀ ਬੇਟਾ ਮਿਨਿਸਟਰੀ ਆਫ ਐਜੂਕੇਸ਼ਨ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਰਾਸ਼ਟਰੀ ਅਵਿਸ਼ਕਾਰ ਅਭਿਆਨ ਚਲਾਇਆ ਜਾ ਰਿਹਾ ਹੈ ਰਾਸ਼ਟਰੀ ਅਵਿਸ਼ਕਾਰ ਅਭਿਆਨ ਦਾ ਜੋ ਪਰਪਸ ਹੈ ਉਹ ਇਹ ਹੈ ਕਿ ਸਾਇੰਸ ਤੇ ਮੈਥੇਮੈਟਿਕਸ ਦੀ ਜੋ ਟੀਚਿੰਗ ਹੈ ਜੋ ਸਟੱਡੀ ਹੈ ਸਾਇੰਸ ਤੇ ਮੈਥਮੈਟਿਕਸ ਦੀ ਇਸ ਨੂੰ ਬੇਟਾ ਰੋਚਕ ਬਣਾਇਆ ਜਾ ਸਕੇ ਇਹਦੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਈ ਜਾ ਸਕੇ ਰਚਨਾਤਮਕਤਾ ਲੈ ਕੇ ਆਈ ਜਾ ਸਕੇ ਤੁਸੀਂ ਨਵੇਂ-ਨਵੇਂ ਆਈਡੀਆ ਸੋਚ ਸਕੋ ਤਾਂ ਕਿ ਰਿਸਰਚ ਵੱਲ ਤੁਸੀਂ ਹੌਲੀ-ਹੌਲੀ ਮੂਵ ਕਰ ਸਕੋ ਤਾਂ ਬੇਟਾ ਸਾਡੇ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਡਾਕਟਰ ਏ ਪੀ ਜੇ ਅਬਦੁਲ ਕਲਾਮ ਦੀ ਬਰਥ ਅਨਿਵਰਸਰੀ ਜਿਹੜੀ ਕਿ ਤੁਹਾਨੂੰ ਪਤਾ ਹੈ ਕਿ 15 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਉਨ੍ਹਾਂ ਦੀ ਵਰਥਨ ਵਰਸਰੀ 15 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਪਹਿਲੇ ਹਫਤੇ ਦੇ ਵਿੱਚ ਰਾਸ਼ਟਰੀ ਅਵਿਸ਼ਕਾਰ ਸਪਤਾਹ ਦੇ ਤੌਰ ਤੇ ਇਸ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸ ਨੂੰ ਰਾਸ਼ਟਰੀ ਅਵਿਸ਼ਕਾਰ ਸਪਤਾਹ 2020 ਵੀ ਕਿਹਾ ਗਿਆ ਹੈ ਇਸ ਦੇ ਵਿੱਚ ਬੇਟਾ ਕੀ ਕੀਤਾ ਜਾ ਰਿਹਾ ਹੈ ਕਿ ਅਲੱਗ-ਅਲੱਗ ਜਿਹੜੇ ਕਲਾਸਸ ਹੈਗੀਆਂ ਨੇ ਉਹਨਾਂ ਕਲਾਸਸ ਦੀਆਂ ਵੱਖ-ਵੱਖਰੀਆਂ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਜਿਹੜੀਆਂ ਐਕਟੀਵਿਟੀਆਂ ਬੇਟਾ ਹੋ ਰਹੀਆਂ ਨੇ ਉਹਨਾਂ ਐਕਟੀਵਿਟੀਆਂ ਦਾ ਜਿਹੜਾ ਮੇਨ ਥੀਮ ਹੈਗਾ ਉਹ ਮੇਨ ਥੀਮ ਵਾਟਰ ਆਡੀਟਿੰਗ ਦੇ ਨਾਲ ਹੈ ਵਾਟਰ ਆਡੀਟਿੰਗ ਐਂਡ ਕੈਲਕੂਲੇਸ਼ਨ ਆਫ ਕਾਰਬਨ ਫੁਟਪ੍ਰਿੰਟਸ ਮਤਲਬ ਕਿ ਅਸੀਂ ਪਾਣੀ ਦੀ ਆਡੀਟਿੰਗ ਕਰਨੀ ਹੈ ਆਡੀਟਿੰਗ ਦਾ ਕਰਨ ਦਾ ਮਤਲਬ ਆਡਿਟ ਕਰਨਾ ਹੈ ਕਿ ਕਿੰਨਾ ਕੁ ਪਾਣੀ ਅਸੀਂ ਵਰਤੋਂ ਦੇ ਵਿੱਚ ਲਿਆ ਰਹੇ ਹਾਂ ਤੇ ਕਿੰਨਾ ਕੁ ਪਾਣੀ ਅਸੀਂ ਵੇਸਟ ਕਰ ਰਹੇ ਹਾਂ ਤਾਂ ਇਹਨੂੰ ਬੇਟਾ ਅਲੱਗ-ਅਲੱਗ ਲੈਵਲ ਦੇ ਉੱਤੇ ਸਿਲੈਕਟ ਕੀਤਾ ਗਿਆ ਇਸ ਦੇ ਵਿੱਚ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਨੇ ਅੱਜ ਅਸੀਂ ਬੇਟਾ 10+1 ਤੇ 10+2 ਦੇ ਲਈ ਜਿਹੜੀਆਂ ਇਸ ਦੀਆਂ ਐਕਟੀਵਿਟੀਆਂ ਹੈਗੀਆਂ ਨੇ ਜਿਦੇ ਵਿੱਚ ਮੇਨਲੀ ਕਾਰਬਨ ਫੁੱਟਪ੍ਰਿੰਟਸ ਦੀ ਗੱਲ ਕੀਤੀ ਗਈ ਹੈ ਅੱਜ ਅਸੀਂ ਉਸ ਕਾਰਬਨ ਫੁੱਟਪ੍ਰਿੰਟ ਦੀ ਐਕਟੀਵਿਟੀ ਨੂੰ ਕਿਸ ਤਰ੍ਹਾਂ ਕਰਨਾ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਬੇਟਾ ਜੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਾਰਬਨ ਫੁੱਟਪ੍ਰਿੰਟ ਬੇਸਿਕਲੀ ਹੈ ਕਿ ਅਸੀਂ ਕਿਸ ਚੀਜ਼ ਨੂੰ ਕਾਰਬਨ ਫੁੱਟਪ੍ਰਿੰਟ ਕਹਿੰਦੇ ਆ ਤਾਂ ਇਸ ਦੇ ਵਿੱਚ ਕੀ ਹੁੰਦਾ ਬੇਟਾ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਸੀਂ ਜਦੋਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੋਈ ਬਿਜਲੀ ਵਰਤਦੇ ਆ ਜਾਂ ਕੋਈ ਹੋਰ ਅਸੀਂ ਕੋਈ ਕੋਲਾ ਪੈਟਰੋਲੀਅਮ ਵਰਤ ਰਹੀ ਹੈ ਤਾਂ ਇਸ ਦੇ ਨਾਲ ਨਾਲ ਅਸੀਂ ਬਹੁਤ ਜ਼ਿਆਦਾ ਗ੍ਰੀਨ ਹਾਊਸ ਗੈਸਸ ਸਾਡੇ এনवायरमेंट ਦੇ ਵਿੱਚ ਛੱਡ ਰਹੀ ਹੈ ਤਾਂ এনवायरमेंट ਦੇ ਵਿੱਚ ਇੱਕ ਪਰਸਨ ਕਿੰਨੀਆਂ ਗ੍ਰੀਨ ਹਾਊਸ ਗੈਸਸ ਛੱਡ ਰਿਹਾ ਹੈ ਉਹ ਉਸ ਪਰਸਨ ਦੇ ਪਾਰਟਿਕੂਲਰ ਪਰਸਨ ਦੇ ਕਾਰਬਨ ਫੁੱਟਪ੍ਰਿੰਟਸ ਨੇ ਜਿਵੇਂ ਅਸੀਂ ਕਿਤੇ ਜਾਣਦੇ ਅਸੀਂ ਪੈਰਾਂ ਦੇ ਨਿਸ਼ਾਨ ਛੱਡ ਆਉਣੇ ਆ ਬਿਲਕੁਲ ਉਸ ਤਰੀਕੇ ਨਾਲ ਅਸੀਂ ਧਰਤੀ ਦੇ ਉੱਤੇ ਆਏ ਆ ਤੇ ਅਸੀਂ ਧਰਤੀ ਦੇ ਉੱਤੇ ਬਟਾ ਇਹ ਜਿਹੜੇ ਫਿਊਲ ਨੇ ਇਹਨਾਂ ਨੂੰ ਯੂਜ਼ ਕਰਕੇ ਕਾਰਬਨ ਐਟਮੋਸਫੇਅਰ ਦੇ ਵਿੱਚ ਛੱਡ ਰਹੇ ਹਨ ਇਹਨਾਂ ਨੂੰ ਕਾਰਬਨ ਫੁੱਟਪ੍ਰਿੰਟ ਦਾ ਨਾਮ ਦਿੱਤਾ ਜਾਂਦਾ ਹੈ ਇਹ ਜਿਹੜੀਆਂ ਗ੍ਰੀਨ ਹਾਊਸ ਗੈਸਸਾਂ ਨੇ ਇਹਨਾਂ ਦੇ ਵਿੱਚ ਸਾਨੂੰ ਪਤਾ ਹੈ ਕਿ ਕਾਰਬਨ ਡਾਈਆਕਸਾਈਡ ਹੈ ਮੀਥੇਨ ਨਾਈਟ੍ਰਸ ਆਕਸਾਈਡ ਹੈ ਹੋਰ ਬਹੁਤ ਸਾਰੀਆਂ ਫਲੋਰਿਨੇਟਿਡ ਗੈਸਸਾਂ ਹੈਗੀਆਂ ਨੇ ਉਹ ਸਾਰੀਆਂ ਗੈਸਸ ਬੇਟਾ ਗ੍ਰੀਨ ਹਾਊਸ ਗੈਸਸਾਂ ਹੁੰਦੀਆਂ ਨੇ ਗ੍ਰੀਨ ਹਾਊਸ ਗੈਸਸ ਬਾਰੇ ਤੁਹਾਨੂੰ ਭਲੀ ਭਾਂਤੀ ਪਤਾ ਹੈ ਕਿ ਕਿਸ ਤਰੀਕੇ ਨਾਲ ਇਹ ਸੂਰਜ ਤੋਂ ਆਉਣ ਵਾਲੀਆਂ ਇਨਫਰਾ ਰੈਡ ਰੇਡੀਏਸ਼ਨਸ ਨੂੰ ਟਰੈਪ ਕਰ ਲੈਂਦੇ ਨੇ ਤੇ ਸਾਡੀ ਧਰਤੀ ਦੇ ਟੈਂਪਰੇਚਰ ਨੂੰ ਵਧਾਉਣ ਦੇ ਵਿੱਚ ਸਹਾਇਕ ਹੁੰਦੀ ਹੈ ਤਾਂ ਹੁਣ ਅਸੀਂ ਸਾਡੇ ਕਾਰਬਨ ਫੁੱਟਪ੍ਰਿੰਟਸ ਕਿਸ ਤਰ੍ਹਾਂ ਕੈਲਕੂਲੇਟ ਕਰਨੇ ਹੈ ਜਿਹੜੀ ਤੁਸੀਂ ਐਕਟੀਵਿਟੀ ਪਰਫਾਰਮ ਕਰਨੀ ਹੈ ਤੇ ਐਕਟੀਵਿਟੀ ਪਰਫਾਰਮ ਕਰਕੇ ਤੁਸੀਂ ਬੇਟਾ ਇਸ ਦੇ ਰਿਜ਼ਲਟ ਜਿਹੜੇ ਹੈਗੇ ਨੇ ਤੁਹਾਨੂੰ ਦੱਸਿਆ ਹੋਇਆ ਹੈ ਕਿ NCERT ਦੀ ਵੈਬਸਾਈਟ ਦੇ ਉੱਤੇ ਤੁਸੀਂ ਅਪਲੋਡ ਕਰਨੇ ਕਿਸ ਲਿੰਕ ਦੇ ਥਰੂ ਕਰਨੇ ਆ ਬੇਟਾ ਉਹ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦੇ ਦੂੰਗਾ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤਾਂ ਕਿ ਤੁਸੀਂ ਉੱਥੋਂ ਜਾ ਕੇ ਇਸ ਨੂੰ ਅਪਲੋਡ ਕਰ ਸਕੋ ਤਾਂ ਬੇਟਾ ਕੀ ਹੈ ਸਭ ਤੋਂ ਪਹਿਲਾਂ ਅਸੀਂ ਬਟਾ ਜਿਹੜੇ ਆਪਣੇ ਫੁੱਟਪ੍ਰਿੰਟਸ ਕੈਲਕੂਲੇਟ ਕਰਨੇ ਆ ਉਸ ਨੂੰ ਅਸੀਂ ਤਿੰਨ ਵਰਗਾਂ ਦੇ ਵਿੱਚ ਅਸੀਂ ਕੈਲਕੂਲੇਟ ਕਰਾਂਗੇ ਇੱਕ ਤਾਂ ਬਟਾ ਇਲੈਕਟ੍ਰਿਸਿਟੀ ਦੀ ਜਿਹੜੀ ਅਸੀਂ ਵਰਤੋਂ ਕਰ ਰਹੇ ਹਾਂ ਪੈਟਰੋਲ ਡੀਜ਼ਲ ਦੀ ਵਰਤੋਂ ਕਰ ਰਹੇ ਇੱਕ ਤੇ ਘਰ ਦੇ ਵਿੱਚ ਅਸੀਂ ਜਿਹੜੀ ਐਲਪੀਜੀ ਲਿਕੁਇਫਾਈਡ ਪੈਟਰੋਲੀਅਮ ਗੈਸ ਵਰਤ ਰਹੇ ਹਾਂ ਸਭ ਤੋਂ ਪਹਿਲਾਂ ਇਲੈਕਟ੍ਰਿਸਿਟੀ ਤੋਂ ਅਸੀਂ ਕਿਸ ਤਰ੍ਹਾਂ ਕਾਰਬਨ ਫੁੱਟਪ੍ਰਿੰਟਸ ਆਪਣੇ ਕੈਲਕੂਲੇਟ ਕਰਨੇ ਆ ਕਿਸ ਤਰ੍ਹਾਂ ਅਸੀਂ ਇਹ ਸਭ ਕੈਲਕੂਲੇਸ਼ਨਸ ਕਰਨੀਆਂ ਤਾਂ ਤੁਸੀਂ ਬਟਾ ਆਪਣੇ ਘਰ ਦੇ ਸਾਰੇ ਬਿਜਲੀ ਦੇ ਬਿੱਲ ਜਿਹੜੇ ਹੈਗੇ ਨੇ ਉਹ ਕਲੈਕਟ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਤੁਸੀਂ ਜੇ ਸਾਰੇ ਮਹੀਨੇ ਦੇ ਬਿੱਲ ਨਹੀਂ ਹੈਗੇ ਤਾਂ ਤੁਸੀਂ ਸਿਰਫ ਆਪਣਾ ਜਿਹੜਾ ਲਾਸਟ ਮੰਥ ਜਿਹੜਾ ਸੀ ਉਸ ਲਾਸਟ ਮੰਥ ਦਾ ਬਿੱਲ ਜਿਹੜਾ ਹੈਗਾ ਬਟਾ ਉਹ ਲੈ ਲੈਣਾ ਹੈ ਲਾਸਟ ਮੰਥ ਦਾ ਬਿੱਲ ਲੈ ਕੇ ਬਟਾ ਤੁਸੀਂ ਉਸ ਦੇ ਵਿੱਚ ਤੁਸੀਂ ਦੇਖੋ ਕਿ ਤੁਸੀਂ ਕਿੰਨੀਆਂ ਯੂਨਿਟਸ ਕੰਜ਼ੂਮ ਕੀਤੀਆਂ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਤੁਸੀਂ ਇਸ ਮਹੀਨੇ ਦੇ ਵਿੱਚ 532 ਜਾਂ 533 ਜਿੰਨੀਆਂ ਯੂਨਿਟਸ ਤੁਸੀਂ ਕੰਜ਼ੂਮ ਕੀਤੀਆਂ ਨੇ ਉਹ ਸਾਰੀਆਂ ਯੂਨਿਟਸ ਦਿੱਤੀਆਂ ਹੋਣਗੀਆਂ ਬਟਾ ਹੁਣ ਤੁਸੀਂ ਜੇ ਆਪਣੇ ਬਿੱਲ ਨੂੰ ਧਿਆਨ ਨਾਲ ਦੇਖੋ ਨਾ ਤਾਂ ਤੁਹਾਡੇ ਬਿੱਲ ਦੇ ਉੱਤੇ ਕੱਲੇ 1 ਮਹੀਨੇ ਦੀਆਂ ਨਹੀਂ ਪਿਛਲੇ 6 ਮਹੀਨਿਆਂ ਦੀਆਂ ਜਿਹੜੀਆਂ ਯੂਨਿਟਸ ਦਿੱਤੀਆਂ ਹੁੰਦੀਆਂ ਨੇ ਜਦੋਂ ਤੁਸੀਂ ਇਲੈਕਟ੍ਰਿਸਿਟੀ ਬਿੱਲ ਦੇ ਉੱਤੋਂ 6 ਮਹੀਨੇ ਦੀਆਂ ਯੂਨਿਟਸ ਤੁਸੀਂ ਲਿਖ ਲਓ ਗਿਨ ਲਓਗੇ ਉਹਨਾਂ ਨੂੰ ਬੇਟਾ ਕਾਊਂਟ ਕਰ ਲਓਗੇ ਉਹਨਾਂ ਨੂੰ ਰਫਲੀ ਡਬਲ ਕਰ ਦੋ ਮਤਲਬ ਕਿ ਉਹ ਜਿੰਨੀਆਂ ਵੀ ਯੂਨਿਟਸ ਹੋਣਗੀਆਂ ਜੇ ਤੁਸੀਂ ਡਬਲ ਕਰ ਦੋਗੇ ਕਹਿੰਦਾ ਮਤਲਬ ਕਿੰਨੇ ਹੋ ਚਿਰ ਦੀਆਂ ਹੋਣਗੀਆਂ ਉਹ 12 ਮਹੀਨਿਆਂ ਤਾਂ ਸਾਡੇ ਕੋਲ ਇੱਕ ਰਫ ਕੈਲਕੂਲੇਸ਼ਨ ਆ ਜੂਗੀ ਕਿ 1 ਸਾਲ ਦੇ ਵਿੱਚ ਅਸੀਂ ਕਿੰਨੀਆਂ ਬੇਟਾ ਬਿਜਲੀ ਦੀਆਂ ਯੂਨਿਟਸ ਆਪਣੇ ਘਰ ਦੇ ਵਿੱਚ ਕੰਜ਼ਿਊਮ ਕੀਤੀਆਂ ਨੇ ਹੁਣੇ ਯੂਨਿਟਸ ਤੁਸੀਂ ਸਾਰਿਆਂ ਇੱਕ ਬੰਦੇ ਨੇ ਥੋੜੀ ਕੰਜ਼ੂਮ ਕੀਤੀਆਂ ਨੇ ਤੁਹਾਡੇ ਘਰ ਦੇ ਵਿੱਚ ਮੈਂਬਰ ਤਾਂ ਬਹੁਤ ਨੇ ਤੁਸੀਂ ਘਰ ਦੇ ਵਿੱਚ ਇਹ ਦੇਖੋ ਕਿ ਮੰਨ ਲਓ ਤੁਸੀਂ ਜਿਹੜੀਆਂ ਹੈਗੀਆਂ ਬੇਟਾ ਸਾਰੇ ਸਾਲ ਦੇ ਵਿੱਚ 1200 ਯੂਨਿਟਸ ਜਿਹੜੀਆਂ ਹੈਗੀਆਂ ਤੁਸੀਂ ਕੱਢ ਲਈਆਂ ਤੁਹਾਡੇ ਘਰ ਚ ਮੈਂਬਰ 4 ਨੇ ਤਾਂ ਇਹਨੂੰ ਤੁਸੀਂ ਮੈਂਬਰਸ ਦੇ ਨਾਲ ਡਿਵਾਈਡ ਕਰ ਦੋਗੇ ਤਾਂ ਪਰ ਮੈਂਬਰ ਜਿਹੜੀ ਇਲੈਕਟ੍ਰਿਸਿਟੀ ਕੰਜ਼ਮਪਸ਼ਨ ਆ ਜੂਗੀ ਕਿ ਇੱਕ ਪਰਸਨ ਨੇ 300 ਯੂਨਿਟਸ ਜਿਹੜੀਆਂ ਕੰਜ਼ੂਮ ਕੀਤੀਆਂ ਨੇ ਹੁਣ ਜਿੰਨੀਆਂ ਬਟਾ ਇਹ ਯੂਨਿਟਸ ਆ ਗਈਆਂ ਇਹਨਾਂ ਨੂੰ ਅਸੀਂ ਕਿਲੋਵਾਟ ਆਰ ਦੇ ਵਿੱਚ ਲੈ ਸਕਦੇ ਹਾਂ 1 ਯੂਨਿਟ ਇਕੁਅਲ ਟੂ 1 ਕਿਲੋਵਾਟ ਆਰ ਰਫ ਅਸੀਂ ਕੈਲਕੂਲੇਸ਼ਨ ਇਸ ਦੀ ਕਰ ਰਹੇ ਹਾਂ ਤਾਂ ਜਿਹੜਾ ਬਟਾ ਇਹ ਕਿਲੋਵਾਟ ਆਰ ਦੇ ਵਿੱਚ ਜਿੰਨੀਆਂ ਵੀ ਯੂਨਿਟਸ ਇੱਕ ਸਾਲ ਦੇ ਵਿੱਚ ਆ ਗਈਆਂ ਉਸ ਨੂੰ ਅਸੀਂ 0.85 ਦੇ ਨਾਲ ਮਲਟੀਪਲਾਈ ਕਰਦੇ ਨੇ ਜਦੋਂ ਅਸੀਂ 0.85 ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਬਟਾ ਜਿਹੜਾ ਐਮਿਸ਼ਨ ਫੈਕਟਰ ਆ ਜਾਊਗਾ ਦਿਸ ਐਮਿਸ਼ਨ ਫੈਕਟਰ ਵਿਲ ਆਟੋਮੈਟਿਕਲੀ ਵੀ ਇਕੁਅਲ ਟੂ ਦਾ ਕਿਲੋਗ੍ਰਾਮਸ ਆਫ ਕਾਰਬਨ ਡਾਈਆਕਸਾਈਡ ਮਨ ਲਓ ਤੁਹਾਡੀਆਂ ਇਹੜੀਆਂ 1200 ਯੂਨਿਟਸ 1% ਦੀਆਂ ਆਈਆਂ ਸੀ ਤਾਂ ਉਸ ਤੁਸੀਂ ਉਸ ਨੂੰ 0.85 ਨਾਲ ਮਲਟੀਪਲਾਈ ਕਰੋਗੇ ਜੇ 1% ਦੀਆਂ 400 ਯੂਨਿਟਸ ਆਈਆਂ ਸੀ ਫਿਰ ਵੀ ਉਸ ਨੂੰ 0.85 ਨਾਲ ਮਲਟੀਪਲਾਈ ਕਰੋਗੇ ਜਿੰਨਾ ਵੀ ਤੁਹਾਡਾ ਆਨਸਰ ਆ ਜੂਗਾ ਬੇਟਾ that will be equal to the ਕਿਲੋਗ੍ਰਾਮਸ ਆਫ ਕਾਰਬਨ ਡਾਈਆਕਸਾਈਡ ਕਿ ਤੁਸੀਂ ਕਿੰਨੇ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕੀਤੀ ਹੈ ਇਸੇ ਪ੍ਰਕਾਰ ਤੁਸੀਂ ਹੁਣ ਜਿਹੜਾ ਹੈਗਾ ਬੇਟਾ ਆਪਣਾ ਦੂਸਰੇ ਨੰਬਰ ਦੇ ਉੱਤੇ ਕੈਲਕੂਲੇਟ ਕਰਨਾ ਹੈਗਾ ਟਰਾਂਸਪੋਰਟ ਦੇ ਉੱਤੇ ਤਾ ਬੇਟਾ ਇਸ ਦੇ ਲਈ ਅਸੀਂ ਕੀ ਕਰਨਾ ਹੈ ਅਸੀਂ ਕਿੰਨੇ ਲੀਟਰ ਪੈਟਰੋਲ ਡੀਜ਼ਲ ਜਿਹੜਾ ਹੈਗਾ ਬਟ ਆਪਣੇ ਤੁਸੀਂ ਘਰ ਦੇ ਵਿੱਚ ਕੋਈ ਵੀਕਲ ਯੂਜ਼ ਕਰ ਰਹੇ ਹੋ ਕਾਰ ਮੋਟਰਸਾਈਕਲ ਜਾਂ ਸਕੂਟਰ ਯੂਜ਼ ਕਰ ਰਹੇ ਹੋ ਤਾਂ ਅੰਦਾਜ਼ਨ ਜਿਹੜਾ ਹੈਗਾ ਬੇਟਾ ਤੁਸੀਂ ਕੈਲਕੂਲੇਟ ਕਰ ਲੈਣਾ ਆਪਣੇ ਪੇਰੈਂਟਸ ਨੂੰ ਪੁੱਛ ਕੇ ਕਿ ਜੇ ਉਹ ਡੀਜ਼ਲ ਯੂਜ਼ ਕਰ ਰਹੇ ਹੈ ਪੈਟਰੋਲ ਡੀਜ਼ਲ ਯੂਜ਼ ਕਰ ਰਹੇ ਹੈ ਤਾਂ ਇੱਕ ਮਹੀਨੇ ਦੇ ਵਿੱਚ ਉਹ ਕਿੰਨਾ ਯੂਜ਼ ਕਰ ਰਹੇ ਹੈ ਇੱਕ ਮਹੀਨੇ ਚ ਜਿੰਨੇ ਲੀਟਰ ਉਹ ਡੀਜ਼ਲ ਪੈਟਰੋਲ ਲੈਂਦੇ ਨੇ ਬੇਟਾ ਉਸ ਨੂੰ ਤੁਸੀਂ ਮਲਟੀਪਲਾਈ 12 ਨਾਲ ਕਰਕੇ ਤੁਹਾਡੇ ਕੋਲ ਰਫ ਕੈਲਕੂਲੇਸ਼ਨ ਆ ਜੂ ਕਿ ਸਾਲ ਚ ਇੰਨਾ ਕੁ ਪੈਟਰੋਲ ਜਾਂ ਇੰਨਾ ਕੁ ਡੀਜ਼ਲ ਜਿਹੜਾ ਹੈਗਾ ਉਹ ਤੁਹਾਡੀ ਫੈਮਿਲੀ ਕੰਜ਼ੂਮ ਕਰ ਰਹੀ ਹੈ ਤਾਂ ਹੁਣ ਉਸ ਨੂੰ ਵੀ ਤੁਸੀਂ ਬੇਟਾ ਜਿਹੜਾ ਹੈਗਾ ਉਹ ਚਾਹੀਦੀ ਉਹ 1% ਯੂਜ਼ ਕਰ ਰਹੇ ਹੈ ਕਿਉਂਕਿ ਅਸੀਂ ਫੈਮਿਲੀ ਦੇ ਅਕੋਰਡਿੰਗਲੀ ਚੱਲ ਰਹੇ ਹਾਂ ਤਾਂ ਫੈਮਿਲੀ ਦੇ ਜਿੰਨੇ ਵੀ ਮੈਂਬਰ ਨੇ ਜੇ 4 ਮੈਂਬਰ ਨੇ ਤਾਂ ਤੁਸੀਂ ਉਸ ਨੂੰ 4 ਦੇ ਉੱਤੇ ਡਿਵਾਈਡ ਕਰੋਗੇ ਤਾਂ ਉਹ ਇੱਕ ਮੈਂਬਰ ਦੀ ਜਿਹੜੀ ਕੰਜ਼ਮਪਸ਼ਨ ਆ ਜੂਗੀ ਪੈਟਰੋਲ ਡੀਜ਼ਲ ਦੀ ਕਿਉਂਕਿ ਅਸੀਂ ਇਹ ਨਹੀਂ ਮੰਨਦੇ ਕਿ ਕਾਰ ਤੇ ਡੀਜ਼ਲ ਇੱਕ ਜਾਣਾ ਗਿਆ ਜਾਂ ਪੂਰੀ ਫੈਮਿਲੀ ਗਈ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਪੂਰੀ ਫੈਮਿਲੀ ਨੇ ਉਹ ਯੂਜ਼ ਕੀਤਾ ਹੈ ਤੇ ਜੇ ਬਟਾ ਉਸ ਦੇ ਉੱਤੇ ਕੋਈ ਗਿਆ ਇੱਕ ਪਰਸਨ ਹੈ ਤੁਹਾਡਾ ਫਾਦਰ ਗਿਆ ਮੰਨ ਲਓ ਤਾਂ ਵੀ ਬਟਾ ਉਹ ਕਿਸੇ ਨਾ ਕਿਸੇ ਘਰ ਦੇ ਕੰਮ ਵਾਸਤੇ ਗਿਆ ਨਾ ਉਹਦਾ ਅਲਟੀਮੇਟ ਬੈਨੀਫਿਟ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਮਿਲ ਰਿਹਾ ਹੈ ਨਾ ਇਸ ਕਰਕੇ ਉਹ ਪੈਟਰੋਲ ਦੀ ਜਾਂ ਡੀਜ਼ਲ ਦੀ ਕੰਜ਼ਮਪਸ਼ਨ ਨੂੰ ਵੀ ਅਸੀਂ ਸਾਰਿਆਂ ਦੇ ਉੱਤੇ ਡਿਵਾਈਡ ਕਰਾਂਗੇ ਤਾਂ ਹੁਣ ਬਟਾ ਜੇ ਤਾਂ ਤੁਸੀਂ ਪੈਟਰੋਲ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਉਸ ਨੂੰ 2.296 ਨਾਲ ਮਲਟੀਪਲਾਈ ਕਰੋਗੇ ਜੇ ਡੀਜ਼ਲ ਦੀ ਕਰ ਰਹੇ ਹੋ ਤਾਂ 2.653 ਨਾਲ ਮਲਟੀਪਲਾਈ ਕਰੋਗੇ ਜਦੋਂ ਇਹਦੇ ਨਾਲ ਮਲਟੀਪਲਾਈ ਕਰੋਗੇ ਤਾਂ ਬਟਾ ਇਹ ਕੈਲਕੂਲੇਟ ਹੋ ਜਾਊਗਾ ਕਿ ਕਿੰਨੇ ਕਿਲੋਗ੍ਰam ਕਾਰਬਨ ਡਾਈਆਕਸਾਈਡ ਤੁਸੀਂ ਪ੍ਰੋਡਿਊਸ ਕੀਤੀ ਹੈ ਆਪਣੇ ਪੈਟਰੋਲ ਤੋਂ ਜਾਂ ਡੀਜ਼ਲ ਤੋਂ ਹਣ ਹੁਣ ਬਟਾ ਅਸੀਂ ਪੀਸਰੇ ਨੰਬਰ ਦੇ ਦਿੱਤੇ ਗੱਲ ਕਰਾਂਗੇ ਕੁਕਿੰਗ ਗੈਸ ਦੀ ਕੁਕਿੰਗ ਗੈਸ ਆਮ ਤੌਰ ਤੇ ਜਿਹੜਾ ਸਾਡਾ ਸਿਲੰਡਰ ਹੁੰਦਾ ਉਹਦੇ 14 ਕਿਲੋ ਗੈਸ ਹੁੰਦੀ ਹੈ ਬਟਾ ਤਾਂ ਆਪਾਂ ਇਹ ਪਤਾ ਆਪਾਂ ਨੂੰ ਹੁੰਦਾ ਘਰੇ ਕਿ ਕਿੰਨੇ ਸਿਲੰਡਰ ਲੱਗਦੇ ਆ ਠੀਕ ਹੈ ਨਾ ਤਾਂ ਜਿੰਨੇ ਸਿਲੰਡਰ ਲੱਗਦੇ ਨੇ ਉਹਨੂੰ ਅਸੀਂ 14 ਨਾਲ ਮਲਟੀਪਲਾਈ ਕਰ ਲਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਐਨੇ ਕਿਲੋਗ੍ਰਾਮ ਅਸੀਂ ਐਲਪੀਜੀ ਗੈਸ ਜਿਹੜੀ ਹੈਗੀ ਆ ਉਹ ਕੰਜ਼ੂਮ ਕਰ ਲਈ ਤਾਂ ਹੁਣ ਬੇਟਾ ਅਸੀਂ ਇਸ ਨੂੰ ਵੀ ਉਸੇ ਤਰੀਕੇ ਨਾਲ ਹੀ ਆਪਣੇ ਮੈਂਬਰਸ ਨਾਲ ਡਿਵਾਈਡ ਕਰਾਂਗੇ ਮੈਂਬਰਸ ਨਾਲ ਡਿਵਾਈਡ ਕਰਨ ਤੋਂ ਬਾਅਦ ਹੁਣ ਇਸ ਫੈਕਟਰ ਨੂੰ ਅਸੀਂ ਮਲਟੀਪਲਾਈ ਕਰਾਂਗੇ 2.983 ਨਾਲ 2.983 ਨਾਲ ਜਦੋਂ ਮਲਟੀਪਲਾਈ ਕਰਾਂਗੇ ਤਾਂ ਉਹ ਕਾਰਬਨ ਡਾਈਆਕਸਾਈਡ ਦੇ ਕਿੰਨੇ ਕਿਲੋਗ੍ਰਾਮ ਜਿਹੜੇ ਹੈਗੇ ਨੇ ਬੇਟਾ ਪ੍ਰੋਡਿਊਸ ਕੀਤੇ ਨੇ ਉਹ ਆ ਜਾਣਗੇ ਤਾਂ ਹੁਣ ਬੇਟਾ ਅਸੀਂ ਇੱਕ ਪਰਸਨ ਨੇ ਤਿੰਨ ਸਟੈਪਸ ਲਏ ਨੇ ਪਹਿਲੇ ਸਟੈਪ ਦੇ ਵਿੱਚ ਉਸ ਦਾੜਾ ਹੈਗਾ ਸੀ ਉਹ ਇਲੈਕਟ੍ਰਿਸਿਟੀ ਸੀ ਦੂਜੇ ਚ ਉਹਦਾ ਪੈਟਰੋਲ ਡੀਜ਼ਲ ਸੀ ਤੇ ਤੀਸਰੇ ਦੇ ਵਿੱਚ ਉਸ ਦੀ ਐਲਪੀਜੀ ਸੀ ਤਿੰਨਾਂ ਨੂੰ ਜਦ ਅਸੀਂ ਜੋੜ ਲਾਂਗੇ ਤਾਂ ਬੇਟਾ ਉਹ ਤੁਹਾਡੇ ਦੁਬਾਰਾ ਪ੍ਰੋਡਿਊਸ ਕੀਤੇਗੇ ਕੁੱਲ ਕਿਲੋਗ੍ਰਾਮਸ ਆਫ ਕਾਰਬਨ ਡਾਈਆਕਸਾਈਡ ਆ ਜਾਣਗੇ ਤਾਂ ਹੁਣ ਅਸੀਂ ਇਸ ਤਰੀਕੇ ਨਾਲ ਬੇਟਾ ਜਿਹੜੀ ਹੈਗੀ ਆ ਉਹ ਫਾਈਨਲ ਕਾਰਬਨ ਜਿਹੜੀ ਹੈਗੀ ਹੈ ਕੈਲਕੂਲੇਸ਼ਨ ਉਹ ਕਰ ਦਾਂਗੇ ਤਾਂ ਇਸ ਨੂੰ ਅਸੀਂ ਜਿਹੜੀ ਹੈਗੀ ਹੈ ਬੇਟਾ ਜੇ ਹਜ਼ਾਰ ਨਾਲ ਡਿਵਾਈਡ ਕਰ ਦਾਂਗੇ ਤੁਹਾਡੀ ਕਾਰਬਨ ਡਾਈਆਕਸਾਈਡ ਦੀ ਜਿਹੜੀ ਕੈਲਕੂਲੇਸ਼ਨ ਪਹਿਲਾਂ ਜਿਹੜੀ ਕਿਲੋਗ੍ਰਾਮ ਦੇ ਵਿਚਾਰੀ ਸੀ ਉਹਨਾਂ ਕਾਦੀ ਚ ਆਜੂਗੀ ਉਹ ਟਨ ਚ ਆਜੂਗੀ ਸਿੰਪਲਲੀ ਡਿਵਾਈਡ ਕਰਨਾ 1000 ਨਾਲ ਕਿਉਂਕਿ 1 ਟਨ ਇਸ ਇਕੁਅਲ ਟੂ 1000 ਕਿਲੋਗ੍ਰਾਮ ਤਾਂ ਇਸ ਤਰੀਕੇ ਨਾਲ ਸਾਨੂੰ 1000 ਨਾਲ ਡਿਵਾਈਡ ਕਰ ਦਾਂਗੇ ਕਾਦੀ ਚ ਆਜੂਗੀ ਉਹ ਟਨ ਦੇ ਵਿੱਚ ਆਜੂਗੀ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਵੇਟਾ ਜਿਹੜਾ ਹੈਗਾ ਆਪਣੇ ਕੋਲੇ ਇੱਕ ਟੇਬਲ ਦਿੱਤਾ ਹੋਇਆ ਹੈ ਕਿ ਅਸੀਂ ਕਿਸ ਤਰੀਕੇ ਨਾਲ ਕਾਰਬਨ ਫੁੱਟਪ੍ਰਿੰਟਸ ਨੂੰ ਰਿਡਿਊਸ ਕਰ ਸਕਦੇ ਹਾਂ ਕਿ ਅਸੀਂ ਜਿਹੜੇ ਹੈਗੇ ਨੇ ਜਦੋਂ ਡਿਵਾਈਸ ਯੂਜ਼ 'ਚ ਨਹੀਂ ਹੁੰਦਾ ਉਹਨੂੰ ਅਨਪਲੱਗ ਕਰਦੇ ਹਾਂ ਯੈਸ ਕਰਦੇ ਹਾਂ ਕੀ ਅਸੀਂ ਲਾਈਟ ਸਟਪ ਬੰਦ ਕਰਦੇ ਹਾਂ ਸਵਿਚ ਆਫ ਕਰਦੇ ਹਾਂ ਜੇ ਤੁਸੀਂ ਨੋ ਇਹਦਾ ਮਤਲਬ ਤੁਸੀਂ ਕਾਰਬਨ ਫੁੱਟਪ੍ਰਿੰਟਸ ਪ੍ਰੋਡਿਊਸ ਕਰ ਰਹੇ ਹੋ ਤੁਸੀਂ ਉਸ ਨੂੰ ਰੋਕ ਨਹੀਂ ਰਹੇ ਇਸੇ ਪ੍ਰਕਾਰ ਨਾਲ ਹੀ ਬਟਾ ਜਿਹੜਾ ਹੈਗਾ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਹੋ ਤਾਂ ਬਹੁਤ ਅੱਛੀ ਗੱਲ ਹੈ ਕਾਰਪੂਲ ਜਿਹੜੀਆਂ ਜਿਹਨੀਆਂ ਗੱਲਾਂ ਨੇ ਇਹ ਨਾ ਸੋਚੋ ਵੀ ਕਿਹੜੀਆਂ ਗੱਲਾਂ ਵਧੀਆ ਨੇ ਤੁਸੀਂ ਇਹ ਸੋਚੋ ਕਿ ਤੁਸੀਂ ਇਹਨਾਂ ਦੇ ਵਿੱਚ ਕੀ ਕੁਝ ਕਰ ਰਹੇ ਹੋ ਤਾਂ ਜਿਹੜਾ ਬਟਾ ਤੁਹਾਡੇ ਲਈ ਸਹੀ ਹੈਗਾ ਤੁਸੀਂ ਉਹ ਸਾਰਾ ਜਿਹੜਾ ਹੈਗਾ ਇਸ ਦੇ ਵਿੱਚ ਆਪਣੀਆਂ ਵੈਲਿਊਜ਼ ਭਰ ਲੈਣੀਆਂ ਨੇ ਤਾਂ ਹੁਣ ਤੁਹਾਡੇ ਕੋਲੇ ਬਟਾ ਇਹ ਇੱਕ ਸਾਰਾ ਡਾਟਾ ਤਿਆਰ ਹੋ ਜਾਊਗਾ ਜਦੋਂ ਤੁਸੀਂ ਇਹ ਡਾਟਾ ਤਿਆਰ ਕਰ ਰਹੇ ਹੋਵੋਗੇ ਕਿਉਂਕਿ ਅਸੀਂ ਫਾਈਨਲ ਰਿਪੋਰਟ ਐਨਸੀਆਰਟੀ ਨੂੰ ਭੇਜਣੀ ਹੈ ਉਹਦੇ ਲਈ ਹੋ ਸਕਦਾ ਕੁਝ ਫੋਟੋਗ੍ਰਾਫਸ ਵੀ ਆਪਾਂ ਨੂੰ ਅਪਲੋਡ ਅਸੀਂ ਕਰਨੀਆਂ ਹੁੰਦੀਆਂ ਨੇ ਇਸ ਕਰਕੇ ਨਾਲ-ਨਾਲ ਜੇ ਤੁਸੀਂ ਵਰਕ ਕਰ ਰਹੇ ਹੋ ਕੁਝ ਨਾ ਕੁਝ ਫੋਟੋਗ੍ਰਾਫਸ ਵੀ ਘਰੇ ਤੁਸੀਂ ਕਲਿੱਕ ਕਰੋਗੇ ਤਾਂ ਸਭ ਕੁਝ ਕਰਨ ਤੋਂ ਬਾਅਦ ਦੇ ਵਿੱਚ ਬਟਾ ਜਿਹੜਾ ਹੈਗਾ ਨਾਲ-ਨਾਲ ਤੁਸੀਂ ਲਿਖੋਗੇ ਕਿ ਤੁਸੀਂ ਜਿਹੜਾ ਹੈਗੇ ਕਿਹੜੀ ਐਕਟੀਵਿਟੀ ਕਦੋਂ ਕੀਤੀ ਹੈ ਸਾਰਾ ਆਪਣੇ ਕੋਲੇ ਡਾਟਾ ਰੱਖ ਲਓਗੇ ਤਾਂ ਫਿਰ ਬੇਟਾ ਜਿਹੜਾ ਹੈਗੇ ਇੱਥੇ ਇੱਕ ਲਿੰਕ ਦਿੱਤਾ ਹੋਇਆ ਹੈ ਜਿਵੇਂ ਤੁਸੀਂ ਇਸ ਲਿੰਕ ਨੂੰ ਖੋਲੋਗੇ ਤੁਹਾਡਾ ਬੇਟਾ Google ਫਾਰਮ ਖੁੱਲ ਜੂਗਾ ਉਸ Google ਫਾਰਮ ਨੂੰ ਤੁਸੀਂ ਬੇਟਾ ਉਹਦੇ ਵਿੱਚ ਸਾਰੇ ਕਾਲਮ Google ਫਾਰਮ ਚ ਕਿਹੜੇ ਕਾਲਮ ਹੋਣਗੇ ਉਹ ਚ ਆਹੀ ਸਾਰੇ ਕਾਲਮ ਦਿੱਤੇ ਹੋਣਗੇ ਕਿ ਕਿੰਨੀ ਤੁਸੀਂ ਕਾਰਬਨ ਡਾਈਆਕਸਾਈਡ ਪ੍ਰੋਡਿਊਸ ਕਰ ਰਹੇ ਹੋ ਕਿੰਨਾ ਤੁਸੀਂ ਪੈਟਰੋਲ ਯੂਜ਼ ਕਰ ਰਹੇ ਹੋ ਕਿੰਨਾ ਡੀਜ਼ਲ ਯੂਜ਼ ਕਰ ਰਹੇ ਹੋ ਸੇਮ ਇਹੀ ਬੇਟਾ ਦਿੱਤੇ ਹੋਣਗੇ ਤਾਂ ਤੁਸੀਂ ਇਸ Google ਫਾਰਮ ਨੂੰ ਉਸ ਤੋਂ ਬਾਅਦ ਦੇ ਵਿੱਚ ਫਿਲ ਕਰ ਲੈਣਾ ਹੈ ਤਾਂ ਜਦੋਂ ਤੁਸੀਂ ਬੇਟਾ ਫਿਲ ਕਰ ਲਓਗੇ ਉਸ ਤੋਂ ਬਾਅਦ ਦੇ ਵਿੱਚ ਤੇ ਤੁਹਾਨੂੰ ਮੈਂ ਤੁਹਾਡਾ Google ਫਾਰਮ ਦਿਖਾ ਰਿਹਾ ਹਾਂ ਇਹ ਐਕਚੁਅਲ ਦੇ ਵਿੱਚ +12 ਦਾ ਹੈ ਆ ਦੇਖੋ +12 ਦਾ ਹੈ ਇਲੈਕਟ੍ਰਿਸਿਟੀ ਦੇ ਸਾਰੇ ਉਹੀ ਪੁਆਇੰਟ ਜਿਹੜੇ ਦਿੱਤੇ ਹੋਏ ਨੇ ਤੁਸੀਂ ਪੈਟਰੋਲ ਕਿੰਨਾ ਯੂਜ਼ ਕਰ ਰਹੇ ਹੋ ਡੀਜ਼ਲ ਕਿੰਨਾ ਯੂਜ਼ ਕਰ ਰਹੇ ਹੋ ਆਪਣੇ ਆਨਸਰ ਲਿਖ ਰਹੇ ਹੋ ਬੇਟਾ ਇੱਥੇ ਉਹਨੂੰ ਮਲਟੀਪਲਾਈ ਕਰਕੇ ਕਿੰਨਾ ਆ ਗਿਆ ਕੁਕਿੰਗ ਗੈਸ ਦਾ ਆ ਗਿਆ ਤਾਂ ਇਸ ਪ੍ਰਕਾਰ ਜਿਹੜੀ ਹੈਗੀ ਹੈ ਬੇਟਾ ਆਪਣੇ ਦੁਆਰਾ ਕਿੰਨੀ ਕਾਰਬਨ ਫੁਟਪ੍ਰਿੰਟਸ ਉਹੀ ਆ ਗਈ ਕਿ ਸਟੈਪ 1 2 3 ਨੂੰ ਜੋੜ ਕੇ ਜਿਹੜਾ ਆ ਗਿਆ ਸਭ ਇੱਥੇ ਬੇਟਾ ਵੈਲਿਊ ਤੁਸੀਂ ਫਿਲ ਕਰੋਗੇ ਹਜ਼ਾਰ ਨਾਲ ਡਿਵਾਈਡ ਕਰੋਗੇ ਤਾਂ ਤੁਹਾਡੀ ਟਨ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਉਹ ਇਸ ਦੇ ਵਿੱਚ ਸ਼ੋ ਹੋ ਜੂਗੀ ਤਾਂ ਫਿਰ ਤੁਸੀਂ ਆਹ ਆਪਣੇ ਅਨਪਲੱਗ ਕਰਦੇ ਹੋ ਜਾਂ ਨਹੀਂ ਕਰਦੇ ਇਹ ਸਾਰੀਆਂ ਚੀਜ਼ਾਂ ਨੂੰ ਬੇਟਾ ਤੁਸੀਂ ਕਰੋਗੇ ਪਰਫਾਰਮਾ ਫਿਲ ਕਰਨ ਤੋਂ ਬਾਅਦ ਦੇ ਵਿੱਚ ਬੇਟਾ ਇੱਕ ਲਿੰਕ ਹੋਰ ਦਿੱਤਾ ਹੋਇਆ ਹੈ ਇਹ ਲਿੰਕ ਦੇ ਉੱਤੇ ਜਿਵੇਂ ਤੁਸੀਂ ਕਲਿੱਕ ਕਰੋਗੇ ਬੇਟਾ ਤਾਂ ਇਸ ਦੇ ਵਿੱਚ ਅਸੀਂ ਆਪਣੀ ਇੱਕ PDF ਜਿਹੜੀ ਜਿਹਦੇ ਤੇ ਅਸੀਂ ਲਿਖਿਆ ਹੈ ਕਿ ਅਸੀਂ ਐਕਟੀਵਿਟੀ ਕੀ ਕੁਸ਼ ਕੀਤੀ ਤੇ ਉਹਦੇ ਨਾਲ ਕੋਈ ਫੋਟੋਗ੍ਰਾਫਸ ਜੇ ਤੁਸੀਂ ਲੱਗੀਆਂ ਹੋਈਆਂ ਨੇ ਉਹ ਫੋਟੋਗ੍ਰਾਫਸ ਵੀ ਇਸ ਦੇ ਵਿੱਚ ਅਟੈਚ ਕਰ ਸਕਦੇ ਹੋ ਤਾਂ ਇਸ ਪ੍ਰਕਾਰ ਬਟਾਏ ਤੁਹਾਡੀ ਐਕਟੀਵਿਟੀ ਹੈ ਜਿਸ ਦੇ ਨਾਲ ਤੁਸੀਂ ਕਾਰਬਨ ਫੁੱਟਪ੍ਰਿੰਟਸ ਕੈਲਕੂਲੇਟ ਕਰੋਗੇ ਮੈਂ ਉਮੀਦ ਕਰਦਾ ਹਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਇਸ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਨਗੇ